मुख्यमंत्री मुर्दाबाद, मुख्यमंत्री मुर्दाबाद, मुख्यमंत्री मुर्दाबाद, डी रेवेन्यू पटवार यूनियन जिंदाबाद, डी रेवेन्यू पटवार खनगोह एसोसिएशन जिंदाबाद, पंजाब सरकार मुर्दाबाद, पंजाब सरकार मुर्दाबाद, वित्त मंत्री डी रेवेन्यू पटवार यूनियन जिंदाबाद, डी रेवेन्यू पटवार यूनियन जिंदाबाद, डी रेवेन्यू खनगोह एसोसिएशन जिंदाबाद। असी अज जी डी रेवेन्यू पटवार यूनियन ते डी रेवेन्यू कानगो एसोसीएशन इत्थे मिल के पूरे सूबे भर के असी तहसील पद्धरी धरने अज ला रहे हैं, क्योंकि साडियां जिहड़ियां पटवारी दियां ते कानगो साहिबान दियां जिहड़ियां मंगां ने लटक रही हैं, उन्हां वल सरकार वल्लों कोई भी ध्यान नहीं दिता जा रहा। असी लंबे समय तो संघर्ष है जिहड़ा साडा जारी है, पहलां असी 21 जून ਤੋਂ ਜਿੰਨੇ ਵੀ ਵਾਧੂ ਸਰਕਲ ਸੀਗੇ ਪਟਵਾਰ ਸਰਕਲ ਚਾਹੇ ਕਨਗੋ ਸਰਕਲ ਉਹਨਾਂ ਸਾਰਿਆਂ ਦਾ ਅਸੀਂ ਵਾਧੂ ਚਾਰਜ ਹੈ ਜਿਹੜਾ ਉਹ ਛੱਡ ਚੁੱਕੇ ਹਾਂ। ਇਹਦੇ ਨਾਲ ਤਕਰੀਬਨ 8400 ਪਿੰਡ ਜੇ ਆਪਾਂ ਮੰਨ ਲਈਏ ਪੂਰੇ ਪੰਜਾਬ ਭਰ ਦੇ ਵਿੱਚ ਉਹ ਪਟਵਾਰੀਆਂ ਅਤੇ ਕਨਗੋ ਸਾਹਿਬਾਨ ਤੋਂ ਵਾਂਝਾ ਹੋ ਗਿਆ, ਪਰੰਤੂ ਇਹਦੇ ਬਾਵਜੂਦ ਵੀ ਪੰਜਾਬ ਸਰਕਾਰ ਦੇ ਕੰਨਾਂ 'ਤੇ ਜੂੰ ਨਹੀਂ ਛਿੜਕ ਰਹੀ ਅਤੇ ਇਹਦੇ ਬਾਅਦ ਅਸੀਂ ਅੱਜ ਜਥੇਬੰਦੀ ਨੇ ਫੈਸਲਾ ਲਿਆ ਕਿ ਹਰ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਅਸੀਂ ਤਹਿਸੀਲ ਪੱਧਰ 'ਤੇ ਧਰਨੇ ਲਗਾਵਾਂਗੇ ਅਤੇ ਇਹਨਾਂ ਦਾ ਪਿੱਟ ਸਿਆਪਾ ਕਰਾਂਗੇ ਸਰਕਾਰ ਦਾ। ਇਹਦੇ ਬਾਅਦ ਵੀ ਜੇ ਸਰਕਾਰ ਦੀ ਅੱਖ ਨਹੀਂ ਖੁੱਲ੍ਹਦੀ ਤਾਂ ਅਸੀਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਾਂਗੇ। ਸਰਕਾਰ ਨਾਲ ਹੁਣ ਤੱਕ ਤੁਹਾਡੀ ਜਦੋਂ ਤੁਸੀਂ ਨੇ ਸੰਘਰਸ਼ ਰੰਗਲ ਗੱਲਬਾਤ ਹੋਈ ਹੈ ਜਾਂ ਆਪਣੀਆਂ ਸਮੱਸਿਆਵਾਂ ਬਾਰੇ ਸਰਕਾਰ ਨੂੰ ਦੱਸਿਆ? ਬਿਲਕੁਲ ਜੀ, ਜਦੋਂ ਤੋਂ ਇਹ ਸਰਕਾਰ ਬਣੀ ਹੈ 4.5 ਸਾਲ ਤੋਂ ਲਗਾਤਾਰ ਸਾਡਾ ਸੰਘਰਸ਼ ਜਾਰੀ ਹੈ। ਅਸੀਂ ਆਪਣੀਆਂ ਮੰਗਾਂ ਡਿਪਟੀ ਕਮਿਸ਼ਨਰਾਂ ਰਾਹੀਂ ਫਿਰ MLA ਸਾਹਿਬਾਨ ਦੇ ਰਾਹੀਂ ਉਹਨਾਂ ਦੇ ਅੱਗੇ ਰੱਖੀਆਂ ਨੇ, ਉਹਨਾਂ ਨੂੰ ਸਾਡੀਆਂ ਮੰਗਾਂ ਬਾਰੇ ਪਤਾ ਵੀ ਹੈ। ਕੁਛ ਸਾਡੀਆਂ ਮੰਗਾਂ ਨੇ ਜਿਹੜੀਆਂ ਉਹ ਸਾਡੇ ਮਾਲ ਵਿਭਾਗ ਵੱਲੋਂ ਕਲੀਅਰ ਵੀ ਕੀਤੀਆਂ ਗਈਆਂ ਨੇ, ਪਰੰਤੂ ਸਾਡੇ ਜਿਹੜੇ ਵਿੱਤ ਮੰਤਰੀ ਸਾਹਿਬ ਨੇ ਉਹ ਬਿਲਕੁਲ ਚੁੱਪੀ ਤਾਨੀ ਬੈਠੇ ਨੇ, ਉਹਨਾਂ ਨੇ ਕੋਈ ਵੀ ਫਾਈਲ ਸਾਡੀ ਕਲੀਅਰ ਨਹੀਂ ਕੀਤੀ ਹੈਗੀ ਅਤੇ ਹੁਣ ਉਹ ਸਾਡੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੇ। ਅਤੇ ਉਸ ਤੋਂ ਬਾਅਦ ਹੁਣ ਪੇ ਕਮਿਸ਼ਨ ਜਿਹੜਾ ਲਾਗੂ ਕੀਤਾ ਹੈ ਸਰਕਾਰ ਨੇ, ਇਹਦੇ ਵਿੱਚ ਵੀ ਇਹਨਾਂ ਨੇ ਬਹੁਤ ਘਪਲਾ ਕੀਤਾ ਹੈ। ਜਿਹੜੇ 2011 ਦੇ ਵਿੱਚ ਸਾਡੇ ਸਾਥੀਆਂ ਦੇ ਪੇ ਸਕੇਲ ਸੀਗੇ ਰਿਵਾਈਜ਼ ਹੋ ਗਏ ਸੀਗੇ, ਵੱਧ ਗਏ ਸੀਗੇ, ਉਹਨਾਂ ਨੂੰ ਵੀ ਇਹਨਾਂ ਨੇ ਨਾ ਨਿਗਲੈਕਟ ਕਰਤਾ, ਉਹਨਾਂ ਨੂੰ ਇਹਨਾਂ ਨੇ ਕੱਟ ਕੇ 2006 ਦੀ ਜਿਹੜੀ ਸੈਲਰੀ ਹੈ ਉਹਦੇ ਉੱਪਰ ਸਾਨੂੰ ਪੇ ਕਮਿਸ਼ਨ ਦੇਣ ਦਾ ਫੈਸਲਾ ਕੀਤਾ ਹੈ, ਜਿਹਦੇ ਨਾਲ ਸਾਡੀਆਂ ਜਿਹੜੀਆਂ ਅੱਜ ਦੀਆਂ ਤਨਖਾਹਾਂ ਨੇ ਉਹਦੇ ਵਿੱਚ ਨਾ ਮਾਤਰ ਜਾਂ ਵਾਧਾ ਹੁੰਦਾ ਜਿਹੜਾ ਸਾਨੂੰ ਮਨਜ਼ੂਰ ਨਹੀਂ ਹੈਗਾ। ਹਾਂਜੀ, ਤੁਸੀਂ ਰਿਟਾਇਰ ਹੋ ਚੁੱਕੇ ਪਰ ਤੁਹਾਡੇ ਵੱਲੋਂ ਕਿਉਂ ਮਤਲਬ ਜਿਹੜਾ ਹੈਗਾ ਇਸ ਯੋਜਨਾ ਦਾ ਸਮਰਥਨ ਕੀਤਾ ਗਿਆ? ਸਭ ਤੋਂ ਪਹਿਲਾਂ ਮੈਂ ਚੈਨਲ ਦੇ ਦੇਖਣ ਵਾਲੇ ਸਾਰੇ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਜਿਹੜਾ ਡੀ ਰੈਵਨਿਊ ਪਟਵਾਰ ਯੂਨੀਅਨ ਦੇ ਵਿੱਚ ਮੈਂ ਪਹਿਲਾਂ ਵੀ ਸਰਗਰਮ ਵਰਕਰ ਰਿਹਾ ਅਤੇ ਉਸ ਤੋਂ ਬਾਅਦ ਮੈਂ ਜਦੋਂ ਕਨਗੋਰ ਪ੍ਰਮੋਟ ਹੋਇਆ ਉਦੋਂ ਵੀ ਅਸੀਂ ਯੂਨੀਅਨ ਦੇ ਵਿੱਚ ਕੰਮ ਕਰਦੇ ਰਹੇ। ਹੁਣ ਜੇ ਅੱਜ ਜਿਹੜੀਆਂ ਸਾਡੇ ਵੇਲੇ ਮੰਗਾਂ ਚੱਲਦੀਆਂ ਸੀ 2006 ਤੋਂ ਲੈ ਕੇ ਵੀ ਪੇ ਕਮਿਸ਼ਨ ਆਉਣ ਤੋਂ ਬਾਅਦ ਇਸ ਸਰਕਾਰ ਜਿਹੜੀ ਇਹ ਸਰਕਾਰ ਪਹਿਲਾਂ ਵੀ ਆਈ ਸੀ ਜੋ ਉਦੋਂ ਵੀ ਸਾਡੀਆਂ ਇਹ ਮੰਗਾਂ ਚੱਲਦੀਆਂ ਸੀਗੀਆਂ। ਜਿਵੇਂ ਸਾਡੇ ਦਫ਼ਤਰ ਕਿਰਾਇਆ ਸੀਗਾ ਸਾਡੇ ਪਟਵਾਰੀਆਂ ਦਾ, ਸਾਨੂੰ 2011 ਦੇ ਵਿੱਚ ਮੇਰਾ ਖਿਆਲ ਹੈ ਵੀ ਸਾਨੂੰ ਮਨਪ੍ਰੀਤ ਨੇ 140 ਰੁਪਏ ਜਿਹੜਾ ਹੈਗਾ ਸਾਨੂੰ ਔਫਿਸ ਰੈਂਟ ਦਿੱਤਾ। ਉਸ ਤੋਂ ਪਹਿਲਾਂ ਸਾਨੂੰ ਸਿਰਫ 40 ਰੁਪਏ, ਮੇਰਾ ਖਿਆਲ ਸ਼ਾਇਦ 50 ਰੁਪਏ ਔਫਿਸ ਰੈਂਟ ਮਿਲਦਾ ਹੁੰਦਾ ਸੀ ਇੱਕ ਮਹੀਨੇ ਦਾ। ਹੁਣ ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਵੀ 140 ਰੁਪਏ ਨਾਲ ਕਿਹੜਾ ਦਫ਼ਤਰ ਮਿਲ ਜੂਗਾ ਸਾਨੂੰ? 140 ਰੁਪਏ ਦੇ ਵਿੱਚ ਅਸੀਂ ਬਿਜਲੀ ਦਾ ਬਿੱਲ ਦੇਣਾ, 140 ਰੁਪਏ ਦੇ ਵਿੱਚ ਅਸੀਂ ਸਾਫ਼ ਸਫਾਈ ਵਾਲਾ ਲਾਉਣਾ, 140 ਰੁਪਏ ਦੇ ਵਿੱਚ ਅਸੀਂ 2 ਕੁਰਸੀਆਂ ਤੋਂ ਬਾਅਦ ਸਾਡੇ ਕੋਲ 20 ਬੰਦੇ ਆ ਜਾਂਦੇ ਬੈਠਣ ਵਾਸਤੇ, ਜਿਹੜੇ ਉਹ ਕੁਰਸੀਆਂ ਦਾ ਜਾਂ ਬੈਂਚਾਂ ਦਾ ਅਰੇਂਜਮੈਂਟ ਕਰਨਾ 140 ਰੁਪਏ ਦੇ ਵਿੱਚ ਇਹ ਕਰਨਾ। ਉਸ ਤੋਂ ਬਾਅਦ ਜੇ ਬੰਦੇ ਨੂੰ ਲੋੜ ਹੈ ਚਾਹ ਪਾਣੀ ਦੀ ਉਹ ਵੀ ਅਸੀਂ ਦੇਣੀ ਹੈ। ਹੁਣ ਸਾਨੂੰ 140 ਰੁਪਏ ਮਿਲਦੇ ਨੇ ਪਟਵਾਰੀਆਂ ਨੂੰ, ਇੱਕ ਹਾਸੋਹੀਣੀ ਗੱਲ ਨਹੀਂ ਹੈਗੀ। 140 ਰੁਪਏ 'ਚ ਮੈਨੂੰ ਦਿਖਾਓ ਦੁਨੀਆਂ ਦੇ ਵਿੱਚ ਕਿਹੜਾ ਅਫਸਰ ਕਿਹੜੇ ਅਫਸਰ ਦਾ ਕਿਸੇ ਕਰਮਚਾਰੀ ਦਾ ਕਿਹੜਾ ਦਫ਼ਤਰ ਚੱਲ ਰਿਹਾ। ਅਸੀਂ ਇਹ ਮੁੱਢ ਤੋਂ ਹੀ ਜ਼ੋਰ ਲਾਉਂਦੇ ਆ ਰਹੇ ਹਾਂ ਵੀ ਸਾਨੂੰ ਇਹ ਜਿਹੜਾ ਦਫ਼ਤਰ ਕਿਰਾਇਆ ਹੈ ਇਹ ਸਾਡਾ ਪੂਰਾ ਦਿੱਤਾ ਜਾਵੇ। ਜੇ ਹੁਣ ਇਹ ਸਰਕਾਰ ਮੰਗਾਂ ਨਹੀਂ ਮੰਨਦੀ, ਅਗਲਾ ਜਿਹੜਾ ਸਟੈਪ ਕੀ ਹੋਊਗਾ? ਅਗਲਾ ਸਟੈਪ ਅਸੀਂ ਇਸ ਤੋਂ ਤੇਜ਼ ਕਰਾਂਗੇ ਸੰਘਰਸ਼। ਜੇ ਸਾਨੂੰ ਕੋਈ ਕੁਰਬਾਨੀ ਦੇਣ ਦੀ ਲੋੜ ਪਈ ਤਾਂ ਅਸੀਂ ਕੁਰਬਾਨੀਆਂ ਵੀ ਦੇਵਾਂਗੇ।